ਇਹਨੇ ਭਿਆਨਕ ਸੜਕੀ ਹਾਦਸੇ ਦੀਆਂ ਤਸਵੀਰਾਂ। ਇਸ ਹਾਦਸੇ ਦੇ ਵਿੱਚ ਸਾਬਕਾ ਸਰਪੰਚ ਦੀ ਦਰਦਨਾਕ ਮੌਤ ਹੋਈ ਹੈ। ਦੱਸਦੇ ਕਿ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਸਾਬਕਾ ਸਰਪੰਚ ਟਰੱਕ ਦੇ ਟਾਇਰਾਂ ਦੇ ਥੱਲੇ ਆ ਗਿਆ, ਬੁਰੇ ਤਰੀਕੇ ਨਾਲ ਕੁਚਲਿਆ ਗਿਆ। ਦੋ ਹੋਰ ਸੀ, ਉਹ ਵੀ ਜ਼ਖਮੀ ਹੋਏ ਨੇ, ਜਿਨ੍ਹਾਂ ਦੇ ਵਿੱਚ ਪਿੰਡ ਦਾ ਇੱਕ ਸ਼ਖਸ ਔਰ ਪਿੰਡ ਦਾ ਮੌਜੂਦਾ ਸਰਪੰਚ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਪਰ ਇਸ ਦਰਦਨਾਕ ਹਾਦਸੇ ਦੇ ਵਿੱਚ ਸਾਬਕਾ ਸਰਪੰਚ ਦੀ ਦਰਦਨਾਕ ਮੌਤ ਹੋਈ ਹੈ। ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਇਹ ਭਿਆਨਕ ਹਾਦਸਾ ਹੋਇਆ। ਇਹ ਤਿੰਨੇ ਜਾਣੇ ਬਾਈਕ ਤੇ ਸਵਾਰ ਸੀ, ਦੋ ਜਾਣੇ ਇੱਕ ਬਾਈਕ ਤੇ, ਇੱਕ ਜਾਣਾ ਦੂਸਰੀ ਬਾਈਕ ਤੇ। ਜਿਉਂ ਹੀ ਪਿੱਛੋਂ ਟਰੱਕ ਆਇਆ ਤਾਂ ਜ਼ੋਰਦਾਰ ਟੱਕਰ ਮਾਰੀ, ਇੱਕ ਦੂਜੇ ਦੇ ਵਿੱਚ ਵੱਜੇ ਔਰ ਸਾਬਕਾ ਸਰਪੰਚ ਟਰੱਕ ਦੇ ਟਾਇਰਾਂ ਦੇ ਥੱਲੇ ਆ ਗਿਆ, ਮੌਕੇ ਤੇ ਹੀ ਕੁਚਲਿਆ ਗਿਆ। ਇਹ ਤਸਵੀਰ ਉਸ ਸਾਬਕਾ ਸਰਪੰਚ ਦੀ ਹੈ, ਜਿਸ ਦੀ ਇਸ ਭਿਆਨਕ ਹਾਦਸੇ ਦੇ ਵਿੱਚ ਮੌਤ ਹੋ ਗਈ। ਪਿੰਡ ਝੁੱਗੇ ਲਾਲ ਸਿੰਘ ਦੇ ਕੋਲ ਇਹ ਭਿਆਨਕ ਹਾਦਸਾ ਹੋਇਆ। ਦੋ ਮੋਟਰਸਾਈਕਲਾਂ ਤੇ ਤਿੰਨ ਜਾਣੇ ਸਵਾਰ ਸੀ, ਥਾਣੇ ਦੇ ਵਿੱਚ ਕਿਸੇ ਕੰਮ ਦੇ ਸੰਬੰਧੀ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇਹ ਦਰਦਨਾਕ ਭਾਣਾ ਵਾਪਰ ਗਿਆ। ਮੋਟਰਸਾਈਕਲਾਂ ਨੂੰ ਟਰੱਕ ਨੇ ਜ਼ੋਰਦਾਰ ਟੱਕਰ ਮਾਰੀ, ਜਿਸ ਤੋਂ ਬਾਅਦ ਸੰਤੁਲਨ ਵਿਗੜ ਗਿਆ, ਤਿੰਨੇ ਜਾਣੇ ਥੱਲੇ ਗਿਰ ਪਏ ਔਰ ਸਾਬਕਾ ਸਰਪੰਚ ਟਰੱਕ ਦੇ ਟਾਇਰਾਂ ਦੇ ਥੱਲੇ ਆ ਗਿਆ, ਬੁਰੇ ਤਰੀਕੇ ਨਾਲ ਕੁਚਲਿਆ ਗਿਆ ਔਰ ਦਰਦਨਾਕ ਮੌਤ ਹੋ ਗਈ। ਧਾਹਾਂ ਮਾਰ ਮਾਰ ਕੇ ਸਾਰਾ ਪਰਿਵਾਰ ਹਸਪੀਟਲ ਦੇ ਵਿੱਚ ਰੋ ਰਿਹਾ ਔਰ ਪੀੜਤਾਂ ਦੇ ਵੱਲੋਂ ਟਰੱਕ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਸੀਂ ਆਏ ਸਾਈਡ ਚੱਲੇ ਸੀ ਜਲਾਲਾਬਾਦ ਨੂੰ ਅਤੇ ਗੋੜਾ ਪਿੱਛੇ ਹੈਗਾ ਸੀ ਪਿਛਲੀ ਸਾਈਡ 'ਤੇ, ਪਿਛਲੀ ਸਾਈਡ ਸਰਪੰਚ ਨੂੰ ਪਿਛਲਾ ਮੋਟਰਸਾਈਕਲ ਹੈਗਾ ਸੀ, ਇਹਨੂੰ ਮਾਰੀ ਉਹਨੇ ਸਾਈਡ ਪਿਛਲੀ, ਇਹ ਸਾਨੂੰ ਵੱਜਿਆ, ਫਿਰ ਵਿਛੋੜੇ ਨਾਲ ਵੱਜਿਆ, ਡਿੱਗ ਪਏ ਦੋਨੋਂ, ਇੱਕੇ ਸਾਈਡ ਡਿੱਗ ਪਏ, ਇਹ ਵੀ ਡਿੱਗ ਪਏ ਅਤੇ ਤਿੰਨੇ ਡਿੱਗ ਪਏ ਅਤੇ ਉਹਦਾ ਸਿਰ ਟਾਇਰ ਥੱਲੇ ਆ ਗਿਆ ਤਾਂ ਉਹ ਵਿਚਾਰੇ ਵਿਚਾਰੇ ਡੈਥ ਹੋ ਗਈ। ਮਾਂ ਕਰਦੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਪਰਚਾ ਹੋਣਾ ਚਾਹੀਦਾ ਉਹਨਾਂ ਦੇ, ਇਹ ਤਾਂ ਸਾਨੂੰ ਐਂਬੂਲੈਂਸ 'ਤੇ ਆਏ ਲੈ ਕੇ ਆਏ ਅਤੇ ਟਰੱਕ ਵਾਲਾ ਕਿੱਥੇ? ਟਰੱਕ ਵਾਲਾ ਉਹ ਚੌਕੀ ਲੈ ਗਏ ਇੱਥੇ, ਫੜ ਲਿਆ ਉਹਨੂੰ। ਹਾਂਜੀ, ਕਹਿੰਦੇ ਨੇ ਕਿਸੇ ਤੱਕ ਫੈਸਲਾ ਸੀਗਾ, ਸਰਪੰਚ ਸਰਪੰਚ ਚੱਲੇ ਸੀਗੇ ਕੋਈ, ਅੱਗੇ ਦੀ ਕਾਰਵਾਈ ਦਾ ਸਾਨੂੰ ਨਹੀਂ ਪਤਾ ਕੀ ਹੋ ਰਿਹਾ ਸੀ। ਮੌਕੇ ਤੇ ਮੌਤ, ਮੌਕੇ ਤੇ ਉਹ ਮੌਤ ਹੋ ਗਈ। ਅਸੀਂ ਤਾਂ ਹੁਣ ਹਸਪੀਟਲ ਪਹੁੰਚਿਆ ਵੀਰ ਮੇਰੇ। ਕੀ ਨਾਂ ਸੀਗਾ? ਹਰਬੰਸ ਸਿੰਘ ਜੀ। ਕਿੰਨੀ ਉਮਰ ਸੀਗੀ? ਉਮਰ ਲਗਭਗ 50 ਸੀਗੀ। ਇਹ ਸਾਬਕਾ ਸਰਪੰਚ? ਹਾਂ, ਸਾਬਕਾ ਸਰਪੰਚ। ਇੱਕ ਐਕਸੀਡੈਂਟਲ ਕੇਸ ਹੈ ਜਿਹਦੇ ਵਿੱਚ ਦੋ ਪੇਸ਼ੈਂਟਸ ਕਾਫੀ ਸੀਰੀਅਸ ਹੈ, ਉਹ ਅੰਡਰ ਆਬਜ਼ਰਵੇਸ਼ਨ ਰੱਖੇ ਗਏ ਹੈ ਅਤੇ ਟ੍ਰੀਟਮੈਂਟ ਚੱਲ ਰਿਹਾ, ਔਰ ਇੱਕ ਪੇਸ਼ੈਂਟ ਡੈਡ ਹੈ ਜਿਹਦੀ ਡੈਡ ਬੋਡੀ ਨੂੰ ਮੋਰਚਰੀ ਵਿੱਚ ਰਖਵਾਇਆ ਗਿਆ ਹੈ, ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ। ਮੈਡਮ, ਪੁਲਿਸ ਨੂੰ ਇਨਫੋਰਮੇਸ਼ਨ ਕਰਤੀ? ਹਾਂਜੀ, ਪੁਲਿਸ ਇਨਫੋਰਮੇਸ਼ਨ ਭੇਜੀ ਗਈ ਹੈ।